ਕੇਂਦਰੀ ਸੰਚਾਰ ਮੰਤਰੀ ਅਸ਼wini Vaishnaw ਨੇ ਸਾਈਬਰ ਧੋਖਾਧੜੀ ਤੇ ਰੋਕ ਲਗਾਉਣ ਲਈ ਨਵੀਂ ਦਿੱਲੀ ਸੰਚਾਰ ਸਾਥੀ ਪੋਰਟਲ ਤੇ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ ਅਤੇ ਚਕਸ਼ੂ ਵਿਕਾਸ ਪੋਰਟਲ ਦੀ ਸ਼ੁਰੂਆਤ ਕੀਤੀ। ਦੂਰ ਸੰਚਾਰ ਵਿਭਾਗ ਵੱਲੋਂ ਵਿਕਸਿਤ ਡਿਜੀਟਲ ਇੰਟੈਲੀਜੈਂਸ ਦਾ ਉਦੇਸ਼ ਸਾਈਬਰ ਅਪਰਾਧਾਂ ਤੇ ਵਿੱਤੀ ਧੋਖਾਧੜੀ ਦੂਰ ਸੰਚਾਰ ਸਾਧਨਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਹਿੱਤ ਧਾਰਕਾਂ ਵਿਚਾਲੇ ਤਾਲਮੇਲ ਬਣਾਉਣੇ। ਕੋਈ ਵੀ ਵਿਅਕਤੀ ਧੋਖਾਧੜੀ ਦੀ ਕਾਲ, SMS ਜਾਂ WhatsApp ਤੇ ਪ੍ਰਾਪਤ ਸ਼ੱਕੀ ਸੁਨੇਹਾਂ ਦੀ ਰਿਪੋਰਟ ਚਕਸ਼ੂ ਪੋਰਟਲ ਤੇ ਕਰ ਸਕਦਾ ਹੈ। ਧੋਖਾਧੜੀ ਸਰਕਾਰੀ ਅਧਿਕਾਰੀ ਬਣ ਕੇ KYC ਦੀ ਸਮਾਪਤੀ ਜਾਂ ਬੈਂਕ ਖਾਤੇ ਨੂੰ ਅਪਡੇਟ ਕਰਨ ਤੋਂ ਇਲਾਵਾ ਮੋਬਾਈਲ ਨੰਬਰ ਨੂੰ ਬੰਦ ਕਰਨ ਦੇ ਨਾਂਤੇ ਕੀਤੀ ਜਾਂਦੀ ਹੈ। ਵੈਸ਼ਨਵਨੀ ਇਸ ਮੌਕੇ ਕਿਹਾ ਕਿ ਸਰਕਾਰ ਨੇ ਸਾਈਬਰ ਧੋਖਾਧੜੀ ਵਿਰੁੱਧ ਸਖਤ ਸਾਈਬਰ ਸੁਰੱਖਿਆ ਉਪਰਾਹਾਂ ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦੋ ਨਵੀਆਂ ਪਹਿਲ ਕਦਮੀਆਂ ਨਾਲ ਸਾਈਬਰ ਧੋਖਾਧੜੀ ਵਿਰੁੱਧ ਲੜਾਈ 'ਚ ਸਰਕਾਰ ਦੇ ਯਤਨਾਂ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮਈ 'ਚ ਸੰਚਾਰ ਸਾਥੀ ਪੋਰਟਲ ਸ਼ੁਰੂ ਕੀਤੇ ਜਾਣ ਤੋਂ ਬਾਅਦ 1 ਕਰੋੜ ਤੋਂ ਵੱਧ ਫਰਜ਼ੀ ਮੋਬਾਈਲ ਕਨੈਕਸ਼ਨ ਬੰਦ ਕੀਤੇ ਗਏ।